प्रेमी जोड़े नू भजन दे विच मदद करना मुंडे नू महंगा पै गया है। जरा इस वीडियो नू गौर दे नाल देखो। एक नौजवान एक्टिवा ते एक दुकान दे बाहर आउंदा है। दुकान दे विच काम कर रहे नौजवान नू बाहर बुलाउंदा है। कुछ नौजवान उस दे नाल मौजूद हुंदे ने तां दुकान दे विच काम कर रहे इस नौजवान नू अगवा करके लै जांदे ने। सोशल मीडिया ते इह वीडियो काफ़ी तेजी दे नाल वायरल हो रही है। दस दिए जिस मुंडे का अपहरण होया है उसका नाम आकाशदीप सिंह दस्या जा रहा है। 20 साल की उसकी उम्र है। एक दुकान से वह काम करता सी। आकाशदीप सिंह ने एक नौजवान की अपने चाचे के मुंडे की मदद उसकी प्रेमिका के नाल भजन दे विच कीती सी। तां कुड़ी दे भरा नूं इस गल का पता चलिया तां कुड़ी दे भरा ते इल्जाम लग रहे ने कि आकाशदीप सिंह नूं उसने ही किडनैप किया है ते उसका कतल भी कर दिता गया है। दरअसल वीडियो 16 फरवरी की दसी जा रही है। शाम 7:30 बजे के करीब ये नौजवान जो कि एक चिट्टी रंग की एक्टिवा से तुहानू सवार होकर आउंदा होया दिखाई देता होगा। यह नौजवान प्रेमिका का भरा दसिया जा रहा है। कुड़ी का भरा है जिहड़ा कि इस मुंडे नू जिसने प्रेमी जोड़े नू भजन दे विच मदद कीती सी उसनू अगवा कर लैंदा है। आओ पुलिस अधिकारी दा इस उपर की कहना है, की जानकारी उन्हां तक पहुंची है ते की कार्रवाई उन्हां दे वल्लों कीती गई है, आओ जानदे। ਹਾਂਜੀ ਸਰ, ਜਿਹੜਾ ਕੱਲ੍ਹ ਇੱਕ ਮੁੰਡਾ ਅਗਵਾ ਕੀਤਾ ਗਿਆ ਵਾ, ਕੀ ਕਹਾਣੀ ਹੈ ਸਰ? ਇਹ ਜੀ ਆਪਣਾ ਸੁੱਖਾ ਸਿੰਘ ਸਨ ਉਫ ਗੋਖਾ ਸਿੰਘ, ਸੁੱਖਾ ਸਿੰਘ ਸਨ ਉਫ ਗੋਖਾ ਸਿੰਘ, ਇਹਨਾਂ ਨੇ ਆਪਣੀ ਸਟੇਟਮੈਂਟ ਦਰਜ ਕਰਾਈ ਗੱਲ ਵੀ ਇਹਨਾਂ ਦਾ ਲੜਕਾ ਹੈ ਵਿਸ਼ਾਲ ਸਿੰਘ ਅਤੇ ਇੱਕ ਹੈਗਾ ਵਾ ਆਕਾਸ਼ਦੀਪ ਸਿੰਘ। ਆਕਾਸ਼ਦੀਪ ਸਿੰਘ ਕੰਮ ਕਰਦਾ ਇੱਥੇ ਕੱਪੜਿਆਂ ਦੀ ਦੁਕਾਨ ਆ ਆਪਣਾ ਜੰਡਿਆਲਾ ਗੁਰੂ ਵਿੱਚ ਹੀ, ਸਤਿਗੁਰੂ ਕਲੈਕਸ਼ਨ। ਉਹ 16/2/24 ਨੂੰ ਕਹਿੰਦੇ ਰੋਜ਼ਾਨਾ ਦੀ ਤਰ੍ਹਾਂ ਗਿਆ ਸੀ ਕੰਮ 'ਤੇ ਅਤੇ ਸ਼ਾਮ ਨੂੰ ਕਹਿੰਦੇ ਵੀ ਉਹ ਨਹੀਂ ਆਇਆ। ਅਸੀਂ ਸੋਚਿਆ ਵੀ ਚਲੋ ਕਿ ਯਾਰ ਦੋਸਤ ਨਾਲ ਚਲੇ ਗਿਆ ਹੋਊਗਾ, ਅਤੇ ਬਾਅਦ 'ਚ ਕਹਿੰਦੇ ਅਗਲੇ ਦਿਨ ਵੀ ਨਹੀਂ ਆਇਆ। ਚਲੋ ਨਹੀਂ ਆਇਆ, ਫੋਨ ਵੀ ਬੰਦ, ਅਤੇ ਫਿਰ CCTV ਕੈਮਰੇ ਉਹਨਾਂ ਨੇ ਚੈੱਕ ਕੀਤੇ ਜਿਹੜੇ ਬਾਜ਼ਾਰ 'ਚ ਲੱਗੇ, ਉਹ ਤੋਂ ਇਹਨਾਂ ਨੇ ਵੇਖਿਆ ਸੀ ਵੀ ਇੱਕ ਮੁੰਡਾ ਵਾ ਗੁਰ ਅੰਮ੍ਰਿਤ ਸਿੰਘ ਫੌਂਤੀ, ਇਹਦਾ ਫਰੈਂਡ ਆ ਆਕਾਸ਼ ਦਾ ਜੀ, ਇਹਨੂੰ ਐਕਟਿਵਾ 'ਤੇ ਬਿਠਾ ਕੇ ਉਹ ਲੈ ਗਿਆ ਅਤੇ ਉਹ ਕਹਿੰਦੇ ਵੀ ਸਾਨੂੰ ਸ਼ੱਕ ਆ ਵੀ ਇਹਨੇ ਅਗਵਾ ਕੀਤਾ ਡੇ ਬੰਦੇ ਨੂੰ। ਅਤੇ ਗਰਮੀ 'ਚ ਵਜ੍ਹਾ ਰੰਜਿਸ਼ ਇਹ ਦੱਸੀ ਆ, ਇੱਥੇ ਰਾਜਾ ਟੱਕਰ ਨਾਂ ਦਾ ਮੁੰਡਾ ਇੱਕ, ਉਹਦੀ ਸਿਸਟਰ ਨੂੰ ਭਜਾ ਕੇ ਲੈ ਗਿਆ ਕੋਈ ਬੰਦਾ ਮੁੰਡਾ, ਉਹ ਮੁੰਡੇ ਦਾ ਨਾਂ ਹੈਗਾ ਵਾ ਮਲਕੀਤ ਸਿੰਘ ਉਰਫ ਟਿੱਡੀ, ਅਤੇ ਇਹ ਜਿਹੜਾ ਮੁੰਡਾ ਵਾ ਇਹ ਉਹਦੇ ਚਾਚੇ ਦਾ ਮੁੰਡਾ ਵਾ। ਇਹ ਉਹਨਾਂ ਨੇ ਗੱਲ ਲਿਖਾਈ ਵਿੱਚ ਵੀ ਉਹਦੀ ਸਿਸਟਰ ਨੂੰ ਮੈਰਿਜ ਰੱਖੀ, ਉਹ ਮੁੰਡਾ ਭਜਾ ਕੇ ਲੈ ਗਿਆ ਅਤੇ ਉਹ ਸ਼ੱਕ ਕਰਦਾ ਵੀ ਇਹਨੇ ਹੈਲਪ ਕੀਤੀ ਆ, ਅਤੇ ਅਸੀਂ ਜਿਹੜੀ ਬੰਦੇ ਜੁਰਮ ਸੀ ਉਹਦੇ ਤਹਿਤ ਪਰਚਾ ਦਿੱਤਾ ਜੀ। प्रेमी जोड़े नू भजन दे विच मदद करना मुंडे नू महंगा पै गया है। जरा इस वीडियो नू गौर दे नाल देखो। एक नौजवान एक्टिवा ते एक दुकान दे बाहर आउंदा है। दुकान दे विच काम कर रहे नौजवान नू बाहर बुलाउंदा है। कुछ नौजवान उस दे नाल मौजूद हुंदे ने तां दुकान दे विच काम कर रहे इस नौजवान नू अगवा करके लै जांदे ने। सोशल मीडिया ते इह वीडियो काफ़ी तेजी दे नाल वायरल हो रही है। दस दिए जिस मुंडे दा अपहरण होया है उसका नाम आकाशदीप सिंह दस्या जा रहा है। 20 साल की उसकी उम्र है। एक दुकान से वह काम करता सी। आकाशदीप सिंह ने एक नौजवान की अपने चाचे के मुंडे की मदद उसकी प्रेमिका के नाल भजन दे विच कीती सी। कुड़ी के भरा नूं इस गल का पता चलिया तो कुड़ी के भरा ते इल्जाम लग रहे ने कि आकाशदीप सिंह नूं उसने ही किडनैप किया है तो उसका कतल भी कर दिता गया है। दरअसल वीडियो
16 ਫਰਵਰੀ ਦੀ ਦੱਸੀ ਜਾ ਰਹੀ ਹੈ। ਸ਼ਾਮ 7:30 ਵਜੇ ਦੇ ਕਰੀਬ ਇਹ ਨੌਜਵਾਨ ਹੈ ਜੋ ਕਿ ਇੱਕ ਚਿੱਟੀ ਰੰਗ ਦੀ ਐਕਟਿਵਾ ਤੇ ਤੁਹਾਨੂੰ ਸਵਾਰ ਹੋ ਕੇ ਆਉਂਦਾ ਹੋਇਆ ਦਿਖਾਈ ਦਿੱਤਾ ਹੋਵੇਗਾ। ਇਹ ਨੌਜਵਾਨ ਪ੍ਰੇਮਿਕਾ ਦਾ ਭਰਾ ਦੱਸਿਆ ਜਾ ਰਿਹਾ ਹੈ, ਕੁੜੀ ਦਾ ਭਰਾ ਹੈ ਜਿਹੜਾ ਕਿ ਇਸ ਮੁੰਡੇ ਨੂੰ, ਜਿਸਨੇ ਪ੍ਰੇਮੀ ਜੋੜੇ ਨੂੰ ਭੱਜਣ ਦੇ ਵਿੱਚ ਮਦਦ ਕੀਤੀ ਸੀ, ਉਸ ਨੂੰ ਅਗਵਾ ਕਰ ਲੈਂਦਾ ਹੈ। ਆਓ ਪੁਲਿਸ ਅਧਿਕਾਰੀ ਦਾ ਇਸ ਉੱਪਰ ਕੀ ਕਹਿਣਾ ਹੈ, ਕੀ ਜਾਣਕਾਰੀ ਉਹਨਾਂ ਤੱਕ ਪਹੁੰਚੀ ਹੈ ਤੇ ਕੀ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਗਈ ਹੈ, ਆਓ ਜਾਣਦੇ। ਹਾਂਜੀ ਸਰ, ਜਿਹੜਾ ਕੱਲ੍ਹ ਇੱਕ ਮੁੰਡਾ ਅਗਵਾ ਕੀਤਾ ਗਿਆ ਵਾ, ਕੀ ਕਹਾਣੀ ਹੈ ਸਰ? ਇਹ ਜੀ ਆਪਣਾ ਸੁੱਖਾ ਸਿੰਘ ਸਨ ਆਫ ਗੋਖਾ ਸਿੰਘ, ਸੁੱਖਾ ਸਿੰਘ ਸਨ ਆਫ ਗੋਖਾ ਸਿੰਘ, ਇਹਨਾਂ ਨੇ ਆਪਣੀ ਸਟੇਟਮੈਂਟ ਦਰਜ ਕਰਾਈ ਗੱਲ, ਇਹਨਾਂ ਦਾ ਲੜਕਾ ਹੈ ਵਿਸ਼ਾਲ ਸਿੰਘ ਅਤੇ ਇੱਕ ਹੈਗਾ ਵਾ ਆਕਾਸ਼ਦੀਪ ਸਿੰਘ। ਆਕਾਸ਼ਦੀਪ ਸਿੰਘ ਕੰਮ ਕਰਦਾ ਇੱਥੇ ਕੱਪੜਿਆਂ ਦੀ ਦੁਕਾਨ ਆ ਆਪਣਾ ਜੰਡਿਆਲਾ ਗੁਰੂ ਵਿੱਚ ਹੀ, ਸਤਿਗੁਰੂ ਕਲੈਕਸ਼ਨ। ਉਹ 16/2/24 ਨੂੰ ਕਹਿੰਦੇ ਰੋਜ਼ਾਨਾ ਦੀ ਤਰ੍ਹਾਂ ਗਿਆ ਸੀ ਕੰਮ 'ਤੇ, ਅਤੇ ਸ਼ਾਮ ਨੂੰ ਕਹਿੰਦੇ ਵੀ ਉਹ ਨਹੀਂ ਆਇਆ। ਅਸੀਂ ਸੋਚਿਆ ਵੀ ਚਲੋ ਕਿ ਯਾਰ ਦੋਸਤ ਨਾਲ ਚਲੇ ਗਿਆ ਹੋਊਗਾ, ਅਤੇ ਬਾਅਦ 'ਚ ਕਹਿੰਦੇ ਅਗਲੇ ਦਿਨ ਵੀ ਨਹੀਂ ਆਇਆ। ਚਲੋ ਨਹੀਂ ਆਇਆ, ਫੋਨ ਵੀ ਬੰਦ, ਅਤੇ ਫਿਰ CCTV ਕੈਮਰੇ ਉਹਨਾਂ ਨੇ ਚੈੱਕ ਕੀਤੇ ਜਿਹੜੇ ਬਾਜ਼ਾਰ 'ਚ ਲੱਗੇ, ਉਹ ਤੋਂ ਇਹਨਾਂ ਨੇ ਵੇਖਿਆ ਸੀ ਵੀ ਇਹ ਮੁੰਡਾ ਵਾ ਗੁਰ ਅਮਰਤ ਸਿੰਘ ਫੌਂਤੀ, ਇਹਦਾ ਫਰੈਂਡ ਆ ਆਕਾਸ਼ ਦਾ ਜੀ, ਇਹਨੂੰ ਐਕਟਿਵਾ 'ਤੇ ਬਿਠਾ ਕੇ ਉਹ ਲੈ ਗਿਆ, ਅਤੇ ਉਹ ਕਹਿੰਦੇ ਵੀ ਸਾਨੂੰ ਸ਼ੱਕ ਆ ਵੀ ਇਹਨੇ ਅਗਵਾ ਕੀਤਾ ਡੇ ਬੰਦੇ ਨੂੰ। ਅਤੇ ਗਰਮੀ 'ਚ ਵਜ੍ਹਾ ਰੰਜਿਸ਼ ਇਹ ਦੱਸੀ ਆ, ਇੱਥੇ ਰਾਜਾ ਟੱਕਰ ਨਾਂ ਦਾ ਮੁੰਡਾ ਇੱਕ, ਉਹਦੀ ਸਿਸਟਰ ਨੂੰ ਭਜਾ ਕੇ ਲੈ ਗਿਆ ਕੋਈ ਬੰਦਾ ਮੁੰਡਾ, ਉਹ ਮੁੰਡੇ ਦਾ ਨਾਂ ਹੈਗਾ ਵਾ ਮਲਕੀਤ ਸਿੰਘ ਉਰਫ ਟਿੱਡੀ, ਅਤੇ ਇਹ ਜਿਹੜਾ ਮੁੰਡਾ ਵਾ ਇਹ ਉਹਦੇ ਚਾਚੇ ਦਾ ਮੁੰਡਾ ਵਾ, ਇਹ ਉਹਨਾਂ ਨੇ ਗੱਲ ਲਿਖਾਈ ਵਿੱਚ ਵੀ ਉਹਦੀ ਸਿਸਟਰ ਨੂੰ ਮੈਰਿਜ ਰੱਖੀ, ਉਹ ਮੁੰਡਾ ਭਜਾ ਕੇ ਲੈ ਗਿਆ, ਅਤੇ ਉਹ ਸ਼ੱਕ ਕਰਦਾ ਵੀ ਇਹਨੇ ਹੈਲਪ ਕੀਤੀ ਆ, ਅਤੇ ਅਸੀਂ ਜਿਹੜੀ ਬੰਦੇ ਜੁਰਮ ਸੀ ਉਹਦੇ ਤਹਿਤ ਪਰਚਾ ਦਿੱਤਾ ਜੀ।